ਪਹਿਲੇ ਜੀ ਮੈਂ ਕਾਗਜ਼ ਜਮ੍ਹਾਂ ਕਰਾਏ ਨੇ ਜੀ, ਉਹ ਕਾਗਜ਼ ਮੇਰੇ ਕੈਸ ਲੋ ਗਏ ਸੀ। ਫਿਰ ਬਾਅਦ ਵਿੱਚ ਵਾਮ ਨੇ ਕਿਹਾ ਕਾਗਜ਼ ਜਮ੍ਹਾਂ ਕਰਾ, ਮੈਂ ਆਖਿਆ ਮੈਂ ਨਹੀਂ ਕਰਾਉਣਾ, ਮੇਰਾ ਵਾਲਦ ਸਾਹਿਬ ਫੋਤ ਹੋ ਗਿਆ, ਮੈਂ ਨਹੀਂ ਜਮ੍ਹਾਂ ਕਰਾਉਣਾ। ਹੋਰ ਕਿਸੇ ਦੇ ਜਮ੍ਹਾਂ ਕਰਾ ਦਿਉ। ਇੱਥੇ ਇੱਕ ਹੈਗਾ ਮਨਵਰ, ਉਹਦੇ ਅਸੀਂ ਕਾਗਜ਼ ਜਮ੍ਹਾਂ ਕਰਾਉਣ ਗਏ ਹਾਂ, ਉਹ ਵਾਰਡ ਨੰਬਰ 5 ਦਾ ਅਤੇ ਅਸੀਂ ਅੱਗੇ 6 ਦੇ, ਅਤੇ ਉਹਨੇ ਆਖਿਆ ਮੇਰੇ ਕਾਗਜ਼ ਤੁਸੀਂ ਨਹੀਂ ਜਮ੍ਹਾਂ ਕਰਾ ਸਕਦੇ, ਤੂੰ ਆਪਦੇ ਜਮ੍ਹਾਂ ਕਰਾ। ਫਿਰ ਮੈਂ ਆਪਣੇ ਜਮ੍ਹਾਂ ਕਰਾਏ ਨੇ ਜੀ, ਪੈਸੇ ਉਹਨਾਂ ਹੀ ਭਰੇ ਨੇ। ਮਨਜ਼ੂਰੀ ਕਰਕੇ ਆਉਂਦਾ ਸੀ ਲੋਅਰ ਸੇ ਜਾਂ ਉਕਾਲ ਸੇ, ਕਿਹੜਾ ਮਿਲਦਾ ਸੀ, ਮੈਂ ਸਲਾਮ ਕਰਕੇ ਅਤੇ ਵੋਟ ਮੰਗਦਾ ਸੀ। ਉਹਨਾਂ ਆਖਿਆ ਠੀਕ ਜੀ, ਆਪਕੋ ਵੋਟ ਮਿਲੇਗਾ। ਰੋਜ਼ਗਾਰ ਮਜ਼ਦੂਰੀ ਜੀ ਆਪਣੀ ਕੀਤੀ ਜੀ। ਸਨ 92 ਤੋਂ ਰੇੜੀ ਬਾਂਹਦਾ ਸਾਂ, ਸਨ 4 ਛੱਡੀ ਮੈਂ ਜੀ। ਫਿਰ ਮੈਂ ਪਾਪੜ ਵੀ ਵੇਚਦਾ ਸਾਂ, ਵਾਮ ਨੂੰ ਪਤਾ ਪਾਪੜ ਵੇਚਦਾ ਗਰੀਬ ਆਦਮੀ ਹੈ, ਇਸ ਕੋ ਵੋਟ ਦੀ ਜੀ। ਵਾਅਦਾ ਮੈਂ ਕੋਈ ਵੀ ਨਹੀਂ ਕੀਤਾ ਜੀ, ਕੋਈ ਵਾਅਦਾ ਮੈਂ ਨਹੀਂ ਕੀਤਾ। ਜੋ ਫੰਡ ਆਇਆ ਵਾਮ ਕੇ ਸਾਹਮਣੇ ਹੋਏਗਾ ਕੰਮ, ਨਾ ਸਾਨੂੰ ਅੱਜ ਤੱਕ ਫੰਡ ਮਿਲਿਆ ਹੈ ਅਤੇ ਨਾ ਕੋਈ ਕੰਮ ਹੋਇਆ ਹੈ। ਸਿਰਫ ਇੱਕ ਖਾਲਾ ਮਿਲਿਆ 750 ਫੁੱਟ, ਉਹ ਚੇਅਰਮੈਨ ਨੇ ਆਪਦੇ ਇੱਥੇ ਬਣਵਾਇਆ ਹੈ, ਆਪ ਖੁਦ ਆ ਕੇ ਬਣਵਾਉਂਦੇ ਰਹੇ। ਰੇਤ ਉਹਨੇ ਸਟਵਾਈ, ਇੱਟਾਂ ਉਹਨੇ ਸਟਵਾਈਆਂ, ਸੀਮੈਂਟ ਉਹਨੇ ਸਟਵਾਇਆ, ਉਹਨੇ ਬਣਵਾਇਆ, ਠੇਕੇਦਾਰ ਵੀ ਉਹਨੇ ਉਸ ਕਰ ਸੀ। ਸਿਆਸਤ 'ਚ ਹਿੱਸਾ ਲੈਣਾ ਚਾਹੀਦਾ ਹੈ, ਉਹ ਇਸ ਗੱਲੋਂ ਕੋਈ ਕੰਮ ਹੋਵੇ ਗਰੀਬਾਂ ਦੀ ਖਿਦਮਤ ਕਰੇ। ਜੇ ਖਿਦਮਤ ਨਹੀਂ ਕਰਨੀ ਤਾਂ ਹਿੱਸਾ ਨਾ ਲਓ। ਇਲੈਕਸ਼ਨ ਦੇ ਦੌਰਾਨ 'ਚ ਉਹਨਾਂ ਦੇ ਆਦਮੀਆਂ ਨੇ ਕਿਹਾ ਸੀ ਖੁਤਰੇ ਅਸੀਂ ਮੁੱਧੀ ਕਰ ਦਾਂਗੇ, ਪਤਾ ਲੱਗ ਜਾਏ ਤਾਂ ਕਿਸ ਤਰ੍ਹਾਂ ਆਪ ਜਿੱਤੋਗੇ। ਉਹ ਅੱਲਾ ਦੀ ਮਿਹਰਬਾਨੀ ਨਾਲ ਜਿੱਤ ਗਏ ਜੀ। ਪਹਿਲਾ ਕੰਮ ਹੈ ਜੀ ਪਾਣੀ ਦਾ, ਪਾਣੀ ਚੱਕ 'ਚ ਆ ਜਾਏ, ਫਾਟਕ ਬਣ ਜਾਏ, ਸੂਈ ਗੈਸ ਲੱਗ ਜਾਏ। ਅੱਛਾ, ਉਹ ਆਉਂਦੇ ਨੇ 2 ਕਿਲੋਮੀਟਰ ਇੱਧਰ ਫਾਟਕ, 2 ਕਿਲੋਮੀਟਰ ਇੱਧਰ ਦਰਮਿਆਨੇ 'ਚ ਫਾਟਕ ਨਹੀਂ ਲੱਗਿਆ। ਇਹ ਬਹੁਤ ਅਰਸਾ ਹੋ ਗਿਆ ਜੀ ਫਾਟਕ ਦੀ, ਪਰ ਫਾਟਕ ਨਹੀਂ ਲੱਗਿਆ। ਸਕੂਲ ਜੀ ਸਾਡੇ ਪਿੰਡ 5ਵੀਂ ਤੱਕ ਜੀ, ਅਸੀਂ 10ਵੀਂ ਤੱਕ ਕਰਾਉਣਾ ਚਾਹੁੰਦੇ ਹਾਂ। ਸਾਡੇ ਬੱਚੇ 5 ਪਾਸ ਕਰਦੇ ਨੇ ਅਤੇ ਘਰ ਬੈਠ ਜਾਂਦੇ ਨੇ ਜਾਂ ਅੱਗੇ ਹੈੱਡਕੁਆਰਟਰ ਚਲੇ ਜਾਂਦੇ ਨੇ, ਅਤੇ ਕੋਈ ਟ੍ਰੈਫਿਕ ਇਹੋ ਜਿਹੀ ਨਹੀਂ ਕਿੰਨੇ 'ਤੇ ਜਾ ਸਕਣ। ਮੇਰੇ ਅਖਤਿਆਰ 'ਚ ਆਇਆ ਤਾਂ ਮੈਂ ਹਸਪਤਾਲ ਵੀ ਬਣਵਾਊਂਗਾ, ਸਕੂਲ ਵੀ ਬਣਵਾਊਂਗਾ, ਸੂਈ ਗੈਸ ਵੀ ਲਵਾਊਂਗਾ।